ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਕੰਟੈਕਟ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਆ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲੇ ਦਾ ਪਿੰਡ ਪੈ ਗਿਆ ਹੈ ਨੈਸ਼ਨਲ ਹਾਈਵੇ ਦੇ ਉੱਪਰ ਪਿੰਡ ਪੈਂਦਾ ਟੱਲੇ ਵਾਲਾ ਨਹਿਰ ਦੇ ਪੁਲ ਦੇ ਨਜ਼ਦੀਕ ਪੈ ਗਿਆ 3 ਕਿਲੋਮੀਟਰ ਪਿੱਛੇ ਹਟਮਾ ਪਿੰਡ ਰਾਮਗੜ੍ਹ ਸੋ ਪੱਪੂ ਵੀਰ ਦਾ ਨਾਮ ਆ ਡਿਟੇਲ ਇਹ ਜਿਹੜਾ ਨਾਲ ਮੈਂ ਆਪ ਸ਼ੇਅਰ ਕਰੂੰਗਾ ਹਾਂ ਜੀ ਬਈ ਨੰਬਰ ਬੋਲਿਓ 62803 60746 60 746 60746 ਤੇ ਜਿਹੜੀ ਆਪਾਂ ਝੋਟੀ ਦੇਖਦੇ ਕਿੰਨੀ ਕੁ ਉਮਰ ਹੋ ਗਈ ਇਹਦੀ ਇਹਦੀ 2 ਸਾਲ ਦੀ ਹੈ ਅੱਛਾ 2 ਸਾਲ ਤੋਂ ਉੱਪਰ ਹੋਣੀ ਬੋਲ 2 ਸਾਲ ਬਸ ਠੀਕ ਆ ਘਰ ਦੀ ਮੱਝ ਦੀ ਆ ਘਰ ਦੀ ਭਾਜ ਠੀਕ ਹੈ ਤੇ ਮਾਲਾ ਕਿੰਨਾ ਕੁ ਦੁੱਧ ਛੇਦੀ ਮੱਝ ਥੱਲੇ ਜਿਹੜੀ ਦੀ ਕੱਟੀ ਐ ਇਹ ਥੱਲੇ ਸੀਗਾ ਯਾਨੀ ਕਿ ਡੰਗ ਤਾਂ 5 ਕਿਲੋ ਠੀਕ ਹੈ 5 ਕਿਲੋ ਚੋਰਾ ਠੀਕ ਹੈ ਮਤਲਬ 12 ਕਿਲੋ ਵਾਲੀ ਮਹਿੰਦੀ ਕੱਟੀ ਹੈ। ਕੀ ਸੀਗੀ ਜਣੀ ਕੋਦੋ ਬਾਅਦ ਕਰਾਂਗਾ। ਠੀਕ ਹੈ। ਸੁਭਾ ਗੱਲਾਂ ਵੀ ਦੇ ਸੱਚੇ ਲੱਗੇ ਵੀ ਕਹਿੰਨ 14 ਕਿਜੀ 15 ਕਿਜੀ ਪਰ 12 ਕਿਲੋ ਦੁੱਧ ਦੀ ਮੱਝਾ ਕਰਾਂ ਜੀ ਦਿੰਦੀਆਂ। ਤੇ ਹੁਣੇ ਗੱਬਣ ਕਿੰਨੇ ਚਿਰ ਦੀ ਹੋਗੀ? ਇਹ 3 ਮਹੀਨੇ ਦੀ ਗੱਬਣਾ ਚਾਹੇ ਆਪਾਂ ਕੋਲੇ ਚੈੱਕ ਕਰਾ ਲੇਗਾ। ਸੋਨੇ ਕਿੰਨੇ ਦਿਨ ਹੋਊ ਚੈੱਕ ਕਰਾਈ ਨੇ? 3 ਦਿਨ ਹੋ ਗਏ। 3 ਦਿਨ ਹੋ ਠੀਕ ਆ ਭਰਾ ਜੀ ਮਤਲਬ ਸੰਤੋ। ਠੀਕ ਆ ਠੀਕ ਆ। ਵਧੀਆ ਪ੍ਰਾਈਸ ਠੀਕ ਆ। ਵਧੀਆ ਵਧੀਆ ਆਪਾਂ ਝੂਠ ਨਹੀਂ ਬੋਲਦੇ ਨਾ ਬੋਲ ਕੇ। ਠੀਕ ਹੈ। ਤੇ ਇਹਦੇ ਫਿਰ ਵੇਚਣ ਪਜੇ ਦੰਦ ਵਗੈਰਾ ਆਪਾਂ ਦੇਖੇ ਕੋਈ ਨਹੀਂ ਇਹਦੇ ਸਵਾ ਦੋ ਸਾਲ ਦੇ ਉੱਪਰ ਇਹਦੀ ਉਮਰ ਆ ਤਿੰਨ ਮਹੀਨੇ ਦੀ ਗੱਭਣ ਚੱਕ ਪਾਸ 12 ਕਿਲੋ ਵਾਲੀ ਮਹਿੰਦੀ ਕੱਟੀ ਆ ਕਹਨ ਨੂੰ ਤਾਂ 14-15 ਕਿਲੋ ਵਾਲੀ ਆਪਾਂ ਰੋਜ਼ ਹੀ ਦੇਖੀ ਜਾਂਦੇ ਆ ਪਰ 12 ਕਿਲੋ ਹਕੀਕਤ ਮੈਂ ਦੁੱਧ ਦਿੱਤਾ ਵਾ ਤੇ ਇੱਕ ਮੈਂ ਵੀ ਰੱਖਦੇ ਮੈਂ ਜਵਾਈ ਨੇ ਵੇਚਦੀ ਤੇ ਬਾਕੀ ਆ ਦੁੱਧ ਵੀ ਨੂੰ ਇੱਕ ਦੋ ਬੇੜਾ ਰੱਖੇ ਮੈਂ ਕਿਉਂਕਿ ਆ ਘਰਾਂ ਦੇ ਵਿੱਚ ਪਰਿਵਾਰ ਚੱਲ ਰਿਹਾ ਬਾਹਰ ਸਾਰੇ ਕਿਤੇ ਬਸ ਟ੍ਰੈਡੀ ਇਹ ਬਣ ਗਿਆ ਠੀਕ ਆ ਬੱਚਾ ਬਾਹਰ ਗਿਆ ਵਾ ਬੱਲਵਰ ਰੱਖਣੇ ਨਹੀਂ ਬਾਹਲੇ ਇਹਨੇ ਤੇ ਤੋੜ ਦਈਏ ਮੜਾ ਜੇਨੂੰ ਤੁਹਾ ਸੰਗ ਨੂੰ ਵਾਤਾ ਦੇਖ ਥੋੜਾ ਡਰਦੀ ਵੱਧਾ ਕਿਉਂਕਿ ਬੰਦਾ ਇਥੇ ਪਸ਼ੂਆਂ ਚ ਆਉਂਦਾ ਨਹੀਂਗਾ ਸੋ ਦੋਸਤੋ ਥਣ ਦੇਖਦੇ ਥਣ ਚਾਰੇ ਨਿਖਣ ਵਿੱਚ ਸੋਨੇ ਗੈਬ ਤੇ ਵਧੀਆ ਲੱਗੇ ਥੋੜਾ ਕੈਮਰਾ ਦੇਖ ਕੇ ਡਰਦਾ ਡਰਦੀ ਵੀ ਹੈ ਕਿਉਂਕਿ ਹੋਰ ਮੱਝ ਹੈ ਨਹੀਂ ਕਰੇ ਇੱਕੋ ਹੀ ਪਸ਼ੂ ਦਾ ਬਸ ਇੱਕ ਵੈੜ ਰੱਖੀ ਵੀ ਹੈ ਘਰ ਦੀ ਝੋਟੀ 3 ਮਹੀਨੇ ਤੇ 3 ਕ 4 ਦਿਨ ਹੋ ਗਏ ਮੈਂ ਚੈੱਕ ਕਰਾਈ ਨੂੰ ਬਾਕੀ ਤਸੱਲੀ ਤੁਸੀਂ ਆਪ ਕਰਾ ਲਿਓ ਥਣ ਖੈਰ ਸਹੀ ਹੈਗੀ 50000 ਦਾ ਭਾਅ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲੇ ਦਾ ਪੈਗਾ ਖੇਤਾਂ ਜਵਾਂਜਾਂ ਦੀ ਰਹਿਸਾ ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਤਾਂ ਇਸ ਨੰਬਰ ਤੇ ਕੰਟੈਕਟ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ